मैं हुण भी कहना जे सरकार सीरियस है तुसी तां बदलता मंत्री ते मंत्री फायर क्यों नहीं होया, वाई नॉट डिसमिस। मंत्री ते पहला तुसी हरजोत बैंच बदलिया, वेखो डेढ़ साल पौने दो साल चे छे छे महीने ही रहिंदा उत्थे मंत्री। पहला हरजोत बैंच रहा, उहनू बदलता, हले भी उह काम कराई जा रहा, उहनू महकमे बदल के होर देते कि भाऊ तेरा पै गया रौला, हुण के होरनू दे दीए। फिर लग गया मीर ठेर साहब, कहिंदे मीर ठेर साहब दा तां विआहवां ते ही आ इन्हां दा ही जोर सी, जां सोनी साहब दा जोर सी, जां माइनिंग मूइनिंग वालिआं दा जोर सी, उहदा रौला पै गया, उहनू बदलता। हुण लाता तीजा, ते सुख नाल जिहड़ा लाया उहनां बाजवा साहब कहिंदे हुंदे किहड़ा माजरा कहदा माजरा, इन्हां दा माजरा की आ, वाकई उह माल जौड़ा माजरा जिहदे तां अगे झंडे झूलदे आ। ਜਿਹੜੀ ਸਰਕਾਰ ਪੌਣੇ ਦੋ ਸਾਲ 'ਚ ਤੀਜਾ ਮਿਨਿਸਟਰ ਲਾ ਦੇਵੇ, ਕੀ ਉਹਨਾਂ ਦੀ ਇੰਟੈਂਸ਼ਨ ਚੰਗੀਆਂ ਨੇ? ਜੇ ਚੰਗੀਆਂ ਨੇ ਮਾਰਕਸ CBI ਇਨਕੁਆਇਰੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ, ਲੈਟ ਦਾ ਟਰੂਥ ਕਮ ਆਊਟ, ਤੁਸੀਂ ਸੱਚੇ ਹੋਵੋਗੇ ਅਤੇ ਆਪੇ CBI ਦੱਸ ਦੂ, ਮਗਰ ਕਰਨੀ ਨਹੀਂ, ਕਿਉਂਕਿ ਇਹ ਵੱਡਾ ਬਹੁਤ ਵੱਡਾ ਓਪਰੇਸ਼ਨ ਕਵਰ ਅਪ ਹੋਇਆ। ਦੂਜੀ ਗੱਲ, ਤੁਸੀਂ ਇੱਕ ਕਮਾਲ ਦੀ ਗੱਲ ਇਹ ਵੇਖੋ, ਆਹ ਮੈਂ ਹਾਈਕੋਰਟ ਦੀ ਆਰਡਰ ਪੜ੍ਹ ਰਿਹਾ ਸਾਰੇ, ਆਹ ਹਾਈਕੋਰਟ ਦਾ ਹੈ, ਹਾਈਕੋਰਟ ਪੁਲਸ ਆ ਪੰਜਾਬ ਔਨ ਪੋਲਿਸੀ ਚਾਰਜਿੰਗ ਫੋਰ ਸੈਂਡ ਇਨ ਵਹੀਕਲਸ ਫਰੋਮ ਆਊਟਸਾਈਡ ਸਟੇਟ, ਕੋਰਟ ਸੇਜ 6 rupees ਕਿਊਬਿਕ ਫੁੱਟ ਚਾਰਜ ਵਿਲ ਅਮਾਊਂਟ ਟੂ ਕੰਪੋਜੇਸ਼ਨ ਆਫ ਅਫੈਂਸ। ਪਹਿਲਾ ਸਟੇਟ ਹੈ ਜੀ ਪੰਜਾਬ ਇਨ ਇੰਡੀਆ, ਜਿਵੇਂ ਟੈਕਸ ਹੇਵਨ ਦੇ ਹੁੰਦੇ ਨਾ ਵਰਜਨ ਆਈਲੈਂਡ ਜਾਂ ਸਵਿਸ ਅਕਾਊਂਟ ਜਾਂ ਹੋਰ ਜਿੱਥੇ ਕਾਲਾ ਧਨ ਲੁਕਾਉਣ ਦੇ ਵਾਸਤੇ ਕੋਈ ਸਵਾਲ ਨਹੀਂ ਪੁੱਛੇ ਜਾਂਦੇ, ਪੰਜਾਬ ਇਲੀਗਲ ਮਾਈਨਿੰਗ ਨੂੰ ਲੀਗਲ ਕਰਨ ਦਾ ਇੱਕ ਬਹੁਤ ਵੱਡਾ ਹੇਵਨ ਬਣ ਗਿਆ। ਔਰ ਹਾਈ ਕੋਰਟ ਨੂੰ ਖਿਚਾਈ ਕਰਨੀ ਪਈ ਇਸ ਕੰਮ ਦੀ ਕਿ ਇਹ ਕਿਹੜਾ ਕਾਨੂੰਨ ਬਣਾ ਲਿਆ ਕਿ ਕੋਈ ਇਲੀਗਲ ਮਾਈਨਿੰਗ ਕਰੇ, ਤੁਹਾਨੂੰ 6 rupees ਦੇ ਦੇਵੇ, ਤੁਸੀਂ ਉਹਦਾ ਇਲੀਗਲ ਕੰਮ ਨੂੰ ਲੀਗਲ ਕਰ ਦਿੰਦੇ ਹੋ, ਕੀ ਇਹ ਕਾਨੂੰਨ ਸਹੀ ਹੈ? ਔਰ ਉੱਥੇ ਐਡਵੋਕੇਟ ਜਨਰਲ ਸਾਹਿਬ ਨੂੰ ਆਪਦੀ ਜਾਨ ਬਚਾਉਣ ਲਈ ਇਹ ਕਹਿਣਾ ਪਿਆ ਹਾਈਕੋਰਟ 'ਚ ਕਿ ਨਹੀਂ ਜੀ ਇਹ ਠੀਕ ਤਾਂ ਨਹੀਂ ਜਾਪਦਾ, ਕਿ ਅਸੀਂ ਇਹਨੂੰ ਵਾਪਸ ਰੀਕਨਸਿਡਰ ਕਰਾਵਾਂਗੇ, ਇਹ ਗਲਤ ਫੈਸਲਾ। ਮਗਰ ਡੇਢ ਸਾਲ ਤੋਂ ਇਹ ਗਲਤ ਫੈਸਲਾ ਕਿਹਨੇ ਲਾਗੂ ਕੀਤਾ? ਭਗਵੰਤ ਮਾਨ ਦੀ ਸਰਕਾਰ ਨੇ, ਮੀਰ ਠੇਰ ਦੀ ਸਰਕਾਰ ਨੇ। ਔਰ ਜਿੱਥੋਂ ਇਹ ਇਲੀਗਲ ਮਾਈਨਿੰਗ ਕਰਾ ਰਿਹਾ, ਹੁਸ਼ਿਆਰਪੁਰ ਦੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਮਾਈਨਿੰਗ ਵਾਲੇ ਨੇ ਉਹ ਗਏ ਆ ਕੋਰਟ, 28 ਕ੍ਰਸ਼ਰ ਨੇ ਹੁਸ਼ਿਆਰਪੁਰ 'ਚ, ਉੱਥੇ ਇੱਕ ਸਾਈਟ ਨਹੀਂ ਆਪਸ਼ਨ ਹੋਈ, ਮਗਰ ਧੜਾ ਧੜ ਕੰਮ ਚੱਲ ਰਿਹਾ। ਔਰ ਹਿਮਾਚਲ ਦੀ ਜਿਹੜੀ ਮਾਈਨਿੰਗ ਪੋਲਿਸੀ ਉਹ ਬੜੀ ਕਲੀਅਰ ਹੈ ਕਿ ਕੋਈ ਮਾਈਨਿੰਗ ਕਰੋ, ਇਟ ਕੈਨ ਨੋਟ ਗੋ ਆਊਟ ਆਫ ਸਟੇਟ, ਮਗਰ ਪੰਜਾਬ ਵਾਲੇ ਕਹਿੰਦੇ ਲਿਆਉਣ ਦਿਓ ਚੋਰੀ ਦਾ ਮਾਲ, 6 rupees ਦਿਓ ਅਤੇ ਮਾਨ ਸਾਹਿਬ ਚੋਰੀ ਦੇ ਮਾਲ ਨੂੰ ਸਹੀ ਫਰਾ ਦਿੰਦੇ, ਇਹ ਕੰਮ ਉੱਥੇ ਲੁੱਟ ਘਸੁੱਟ ਦਾ ਚੱਲ ਰਿਹਾ, ਇਹ ਵੀ ਹਾਈਕੋਰਟ ਤੋਂ ਖਿਚਾਈ ਹੋਈ ਹੈ। ਇਸ ਲਈ ਜਿਸ ਫੋਰ ਇੰਡੀਪੈਂਡੈਂਟ ਪ੍ਰੋਬ, ਸੱਚਾਈ ਜੇ ਸਾਹਮਣੇ ਲਿਆਉਣੀ ਹੈ, ਸੋਨੀ ਕਵਰ ਅਪ ਓਪਰੇਸ਼ਨ ਕਰਕੇ ਅੱਜ ਮੋਗਾ ਲਾਤਾ, ਉਹਨੇ ਮੋਗਾ ਛਿੱਲ ਦੇਣਾ, ਜਿਵੇਂ ਇੱਥੋਂ ਦੀਆਂ ਸਾਰੀਆਂ ਪਹਾੜੀਆਂ ਛਿੱਲਤੀਆਂ, ਉਹਨੂੰ ਨਾ ਟਿੱਪਰ ਦਿਸਣਾ ਉੱਥੇ, ਨਾ ਪੋਕਲੇਨ ਦਿਸਦੀ ਆ, ਉਹਨੂੰ ਇਕੱਲਾ ਮਾਈਨਿੰਗ ਚਲਾਉਣ ਵਾਸਤੇ ਉਹਨੂੰ ਉੱਥੇ ਲਾਇਆ। ਔਰ ਹਰਜੋਤ ਬੈਂਚ, ਮੀਰ ਠੇਰ ਜਾਂ ਭਗਵੰਤ ਮਾਨ, ਦੇ ਆਰ ਆਲ ਕਲਪਰੇਟਸ ਫੋਰ ਦਿਸ ਇਲੀਗਲ ਮਾਈਨਿੰਗ, ਦੈਟਸ ਵਾਈ ਇਹਨਾਂ ਨੂੰ ਰਿਵਾਰਡ ਦਿੱਤਾ ਜਾ ਰਿਹਾ, ਇਹਨਾਂ 'ਤੇ ਐਕਸ਼ਨ ਨਹੀਂ ਲਿਆ ਜਾ ਰਿਹਾ। ਜਿਹਨੇ ਲਿਆ SSP ਹੁਣ ਤਾਂ ਗੁੱਡੇ ਲਾਈਨ ਲਾ ਛੱਡਿਆ। ਸੋ ਇਹ ਗੱਲਾਂ ਤੁਹਾਡੇ ਅੱਗੇ ਮੈਂ ਰੱਖਣਾ ਚਾਹੁੰਦਾ ਸੀ। ਹਾਂ, ਦੂਜੀ ਗੱਲ, ਆਹ ਇੱਕ ਗਵਰਨਰ ਸਾਹਿਬ ਨੂੰ ਇਹਨਾਂ ਨੇ ਅਤੇ ਜੁਗਰਾਜ ਸਿੰਘ ਨੇ, ਮਤਲਬ ਇਹਨਾਂ ਨੇ ਇੱਕ ਰੈਪ੍ਰਜੈਂਟੇਸ਼ਨ ਦਿੱਤੀ ਹੈ ਰਿਗਾਰਡਿੰਗ ਇਲੀਗਲ ਮਾਈਨਿੰਗ ਬੀਂਗ ਡਨ ਬਾਏ ਰਿਲੇਟਿਵਸ ਆਫ ਕੈਬਨਿਟ ਮਿਨਿਸਟਰ ਆਫ ਪੰਜਾਬ ਗਵਰਨਮੈਂਟ। ਮਤਲਬ ਜਿਹੜੇ ਉੱਥੋਂ ਦੇ ਆਨਰੇਬਲ ਵਕੀਲ ਨੇ ਜਾਂ ਹੋਰ ਨੇ, ਉਹ ਸਾਰੀ ਸ਼ਿਕਾਇਤਾਂ ਦੇ ਰਹੇ ਆ ਕਿ ਭਾਈ ਉੱਥੇ ਤਾਂ ਐਡਾ ਧੜਾ ਧੜ ਕੰਮ ਚੱਲ ਰਿਹਾ, ਪਹਾੜ ਪੱਧਰੇ ਕਰਤੇ, ਧਰਤੀ 30-40 ਫੁੱਟ ਡੂੰਘੀ ਕਰਤੀ, ਧਰਤੀ ਤੋਂ ਹੇਠੋਂ ਪਾਣੀ ਕੱਢਤਾ, ਅਤੇ ਵਿਵੇਕਸ਼ੀਲ ਸੋਨੀ ਇਹੀ ਨਾਂ ਹੈ ਜੀ, ਕਿੱਡਾ ਵਿਵੇਕ ਹੈ, ਵਾਕਈ ਵਿਵੇਕਸ਼ੀਲ ਸੋਨੀ ਆ ਆਮ ਆਦਮੀ ਪਾਰਟੀ ਲਈ, ਵਿਵੇਕ ਵੀ ਹੈ, ਸ਼ੀਲ ਵੀ ਹੈ ਅਤੇ ਸੋਨੀ ਵੀ ਆ, ਵਾਕਈ ਉਹਨਾਂ ਲਈ ਤਾਂ ਬੜਾ ਕਮਾਊ ਪੋਤਾ, ਉਹਨਾਂ ਦਾ ਨੁਕਸ ਲੱਭਿਆ ਹੀ ਕੋਈ ਨਹੀਂ ਉਹਦੇ 'ਚ, ਔਰ ਉਸ ਭਾਉ ਨੂੰ ਲੱਭਦਾ ਹੀ ਕੁਛ ਨਹੀਂ, ਜਿਹਨੂੰ ਪੋਕਲੇ ਨਾ ਦਿਸੇ, ਜਿਹਨੂੰ 1000 ਟਰੱਕ ਨਾ ਦਿਸੇ,
जिन्हों 40 फुट का गड्ढा ना दिसे तुम मन लो भी अखा से किड़ा धूड़ पै गया। यह तो हरजोत बैन दस सकता ज CBI दसू ज ED दसू। अरे आप बेनामी प्रॉपर्टी जिनी इन्होंने कमाई है कोई हिसाब नहीं रह गया। इसलिए मैं आही फोटो थोड़े अगे रखी सी कि ये सारे ये अनमोल ही रहे ने। एक तो होर है ना जरा मैं थोड़ा ये ना समझो कि मैं भुल गया वीडियो थोड़ू मैं पता मेरा वायदा होया मैं उधर बह के की आप दिखाई है देनी है। मैं तो चाहता सी कि चलो बाद गल दसो अज यही कम चलना।